ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਭਜੋਤ ਸਿੰਘ, ਕੈਨੇਡੀਅਨ ਪੰਜਾਬੀ ਇਨਫੋਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਹੋਪ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੀਆਂ ਕੁਝ ਸ਼ੌਕਿੰਗ ਥਿੰਗਸ ਬਾਰੇ। ਹਾਂਜੀ, ਜਿਨ੍ਹਾਂ ਚੀਜ਼ਾਂ ਨੇ ਮੈਨੂੰ ਸ਼ੌਕ ਕੀਤਾ ਜਾਂ ਫਿਰ ਜਦੋਂ ਤੁਸੀਂ ਨਵੇਂ ਕੈਨੇਡਾ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਉਹ ਵਾਲੀਆਂ ਚੀਜ਼ਾਂ ਇੱਥੇ ਬਹੁਤ ਜ਼ਿਆਦਾ ਹੈਰਾਨ ਕਰਦੀਆਂ ਹਨ। ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਪਹਿਲੀ ਚੀਜ਼ ਹੈਗੀ ਆ ਇੱਥੋਂ ਦੇ ਲੋਕ। ਹਾਂਜੀ, ਇੱਥੋਂ ਦੇ ਲੋਕ ਬਹੁਤ ਜ਼ਿਆਦਾ ਤੁਹਾਨੂੰ ਸ਼ੌਕ ਕਰਨਗੇ। ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਓਗੇ ਤਾਂ ਤੁਸੀਂ ਦੇਖੋਗੇ ਕਿ ਯਾਰ ਲੋਕ ਕਿੰਨੇ ਸੌਫਟ ਆ, ਕਾਈਂਡ ਆ, ਓਨੈਸਟ ਆ ਯਾਰ ਤੁਹਾਡੇ ਨਾਲ ਬਹੁਤ ਜ਼ਿਆਦਾ। ਈਵਨ ਕਿ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ। ਜੇ ਤੁਸੀਂ ਕਿਸੇ ਨੂੰ ਰਾਹ ਪੁੱਛਣਾ, ਅਗਲੇ ਤੁਹਾਨੂੰ ਉੱਥੋਂ ਤੱਕ ਛੱਡਣ ਤੱਕ ਜਾਂਦੇ ਆ, ਇੰਨਾ ਜ਼ਿਆਦਾ ਤੁਹਾਡੀ ਹੈਲਪ ਕਰਨਗੇ। ਈਵਨ ਕਿ ਟਿਮ ਹੋਟਨ ਦੇ ਦੇਖਿਆ ਇੱਕ ਦੂਸਰੇ ਨਾਲ ਕਿੰਨਾ ਕਿੰਨਾ ਟਾਈਮ ਗੱਲਾਂ ਕਰਦੇ ਰਹਿੰਦੇ, ਈਵਨ ਕਿ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ। ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਲੋਕਾਂ ਦੀ ਹੈਰਾਨ ਕਰਨ ਵਾਲੀ ਚੀਜ਼ ਆ, ਜਦੋਂ ਤੁਸੀਂ ਕਿਸੇ ਸ਼ੌਪ ਦੇ ਵਿੱਚ, ਰੈਸਟੋਰੈਂਟ ਦੇ ਵਿੱਚ ਐਂਟਰ ਕਰੋਗੇ ਤਾਂ ਕੀ ਕਰੂਗਾ ਜਿਹੜਾ ਮੰਨ ਲਓ ਅੱਗੇ ਬੰਦਾ ਤੁਹਾਡੇ ਜਾ ਰਿਹਾ, ਉਹ ਪਹਿਲਾਂ ਪਿੱਛੇ ਦੇਖੂਗਾ। ਪਿੱਛੇ ਦੇਖ ਕੇ ਜੇ ਉਹਨੇ ਦੇਖ ਲਿਆ ਕਿ ਕੋਈ ਆ ਰਿਹਾ ਆ ਤਾਂ ਉਹ ਜਿਹੜਾ ਦਰਵਾਜ਼ਾ ਉਹਨੂੰ ਹੋਲਡ ਕਰਕੇ ਰੱਖੇਗਾ ਉਹਨਾਂ ਟਾਈਮ ਜਿੰਨਾ ਟਾਈਮ ਤੁਸੀਂ ਦਰਵਾਜ਼ੇ ਨੂੰ ਫੜ ਨਹੀਂ ਲੈਂਦੇ ਆ ਕੇ। ਲਾਈਕ ਬਹੁਤ ਜ਼ਿਆਦਾ ਰਿਸਪੈਕਟ ਸ਼ੋਅ ਕਰਦੇ ਇੱਕ ਦੂਸਰੇ ਦੇ ਲਈ। ਇਸ ਕਰਕੇ ਕਿੱਦਾਂ ਹੁਣ ਸਾਨੂੰ ਵੀ ਆਦਤ ਪੈ ਗਈ ਆ, ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਐਂਟਰ ਕੀਤੇ ਪਹਿਲਾਂ ਪਿੱਛੇ ਦੇਖੋ, ਹਾਂਜੀ ਦੇਖਣਾ ਵੀ ਕੋਈ ਆ ਤਾਂ ਨਹੀਂ ਰਿਹਾ। ਜੇ ਕੋਈ ਆ ਰਿਹਾ ਤਾਂ ਉਹਨੂੰ ਹੋਲਡ ਕਰਕੇ ਰੱਖੋ ਕਿ ਉਹ ਅੰਦਰ ਆ। ਦੂਸਰੀ ਚੀਜ਼ ਜਿਹਨੇ ਮੈਨੂੰ ਬਹੁਤ ਜ਼ਿਆਦਾ ਹੈਰਾਨ ਕੀਤਾ ਉਹ ਹੈਗਾ ਆ ਟ੍ਰੈਫਿਕ ਸਿਸਟਮ। ਹਾਂਜੀ, ਆਪਾਂ ਨੂੰ ਪਤਾ ਆ ਕਿ ਕੈਨੇਡਾ ਦੇ ਵਿੱਚ ਗੱਡੀਆਂ ਆਪਣੇ ਤੋਂ ਉਲਟ ਪਾਸੇ ਚੱਲਦੀਆਂ, ਲਾਈਕ ਕੈਨੇਡਾ ਦੀਆਂ ਅਤੇ ਇੰਡੀਆ ਦੀਆਂ ਗੱਡੀਆਂ ਇੱਕ ਦੂਸਰੇ ਤੋਂ ਉਲਟ ਚੱਲਦੀਆਂ, ਪਰ ਇੱਥੇ ਕੀ ਸਿਸਟਮ ਆ ਇਹ ਤਾਂ ਜਦੋਂ ਤੁਸੀਂ ਜਾਂਦੇ ਹੋ ਲੈਫਟ ਮੁੜਨਾ ਲਾਈਟਾਂ ਤੋਂ, ਇੱਕ ਤਾਂ ਹੁੰਦੀ ਆ ਕਿ ਲੈਫਟ ਟਰਨ ਦੀ ਲਾਈਟ ਹੁੰਦੀ ਆ, ਤੁਸੀਂ ਉਦੋਂ ਲੈਫਟ ਮੁੜ ਜਾਣਾ ਆ। ਜੇ ਤੁਹਾਡੀ ਲੈਫਟ ਟਰਨ ਦੀ ਲਾਈਟ ਨਹੀਂ ਹੈਗੀ ਤਾਂ ਗ੍ਰੀਨ ਲਾਈਟ 'ਤੇ ਤੁਸੀਂ ਲਾਈਟਾਂ ਨੂੰ ਕ੍ਰੋਸ ਕਰਕੇ ਸੈਂਟਰ ਦੇ ਵਿੱਚ ਖੜ੍ਹ ਜਾਣਾ ਆ। ਤੁਸੀਂ ਦੇਖਣਾ ਵੀ ਅੱਗੋਂ ਜੇ ਗੱਡੀ ਕੋਈ ਆਉਂਦੀ ਆ ਤਾਂ ਤੁਸੀਂ ਰੁਕੇ ਰਹਿਣਾ, ਜਦੋਂ ਗੱਡੀਆਂ ਟੱਪਦੀਆਂ ਸਾਰੀਆਂ ਤਾਂ ਤੁਸੀਂ ਲੈਫਟ ਟਰਨ ਕਰ ਲੈਣਾ। ਉਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਚੀਜ਼ ਸੀ। ਜਦੋਂ ਮੈਂ ਪਹਿਲੀ ਵਾਰੀ ਗਿਆ, ਮੈਂ ਐਂਟਰ ਕੀਤਾ, ਲਾਈਕ ਮੈਂ ਨਹੀਂ ਸੀ, ਮੇਰੇ ਨਾਲ ਦਾ ਗੱਡੀ ਚਲਾਉਂਦਾ ਸੀ ਬਾਈ, ਮੈਂ ਉਹਨੂੰ ਕਹਿਣ ਲੱਗਿਆ ਬਾਈ ਕਿੱਧਰ ਲੈ ਆ ਗੱਡੀ, ਲਾਈਨ ਤਾਂ ਪਿੱਛੇ ਪਿੱਛੇ ਕਰ ਪਿੱਛੇ ਕਰ। ਉਹ ਕਹਿੰਦਾ ਕੋਈ ਨਾ ਇੱਥੇ ਇੱਦਾਂ ਹੀ ਚੱਲਦਾ। ਫਿਰ ਹੌਲੀ ਹੌਲੀ ਇਹ ਚੀਜ਼ਾਂ ਨੂੰ ਪਤਾ ਲੱਗਦਾ ਰਿਹਾ, ਜਦੋਂ ਲਾਇਸੈਂਸ ਬਣਵਾਇਆ ਤਾਂ ਸਾਰਾ ਕੁਝ ਸੈੱਟ ਹੁੰਦਾ ਗਿਆ। ਪਰ ਜਦੋਂ ਤੁਸੀਂ ਇੱਥੇ ਆਓਗੇ ਬਹੁਤ ਜ਼ਿਆਦਾ ਸ਼ੌਕ ਕਰਨ ਵਾਲੀ ਚੀਜ਼ ਹੈ ਤੁਹਾਨੂੰ ਕਿ ਇੱਥੇ ਜਿਹੜੀ ਬੱਸ ਟਿਕਟ ਹੁੰਦੀ ਆ ਉਹ 3 ਘੰਟੇ ਚੱਲਦੀ ਆ। 3 ਘੰਟੇ ਤੁਸੀਂ ਕਿਸੇ ਵੀ ਬੱਸ 'ਚ ਸਫ਼ਰ ਕਰ ਸਕਦੇ ਹੋ। ਲਾਈਕ ਰੀਜਨ ਟੂ ਰੀਜਨ ਵੇਰੀ ਕਰਦਾ। ਮੰਨ ਲਓ ਹੁਣ ਮੈਂ ਟੋਰੋਂਟੋ ਦੇ ਵਿੱਚ ਰਹਿਣਾ, ਟੋਰੋਂਟੋ ਦੇ ਵਿੱਚ ਤੁਸੀਂ ਇੱਕ ਬੱਸ ਦੀ ਟਿਕਟ ਲਈ, ਉਹ ਤੁਸੀਂ ਜਿਹੜੀ ਮਰਜ਼ੀ ਬੱਸ ਦੇ ਵਿੱਚ ਚੜ੍ਹ ਕੇ ਜਿੱਥੇ ਮਰਜ਼ੀ ਚੱਲ ਜਾਓ, ਇਹ ਨਹੀਂ ਕਿ ਹਰ ਬੱਸ ਦੀ ਤੁਹਾਨੂੰ ਵੱਖਰੀ ਟਿਕਟ ਲੈਣੀ ਪਏਗੀ। ਨਹੀਂ, ਬਸ ਇੱਕ ਟਿਕਟ ਲਓ, ਉਹਦੇ ਨਾਲ ਹੀ ਸਫ਼ਰ ਕਰੋ 3 ਘੰਟੇ ਦੇ ਲਈ। ਹੈ ਨਾ ਹੈਰਾਨ ਕਰਨ ਵਾਲੀ ਚੀਜ਼, ਅਲੱਗ ਦੀ ਚੀਜ਼ ਆਪਣੇ ਉੱਥੇ ਇੱਦਾਂ ਨਹੀਂ ਚੱਲਦਾ। ਬਾਅਦ ਇੱਥੇ ਇੱਕ ਡਰਾਈਵ ਥਰੂ ਸਿਸਟਮ ਬੜਾ ਘੈਂਟ ਆ। ਲਾਈਕ ਹਰ ਇੱਕ ਰੈਸਟੋਰੈਂਟ ਦਾ ਤਕਰੀਬਨ, ਜਿਹੜੇ ਕਾਫੀ ਸ਼ਾਪਸ ਨੇ ਉਹਨਾਂ ਦਾ ਡਰਾਈਵ ਥਰੂ ਹੁੰਦੇ ਹੀ ਹੁੰਦੇ ਆ। ਟਿਮ ਹੋਟਨ, ਸਟਾਰਬਕਸ, ਡੇਰੀ ਕੁਈਨ, ਪਿੱਜ਼ੇ ਦੇ ਤਾਂ ਨਹੀਂ ਹੁੰਦੇ, ਬਾਕੀ ਕਾਫੀ ਚੀਜ਼ਾਂ ਦੇ, ਲਾਈਕ ਜਿਹੜੀਆਂ ਤੁਸੀਂ ਇੰਸਟੈਂਟ ਚੀਜ਼ ਲੈ ਸਕਦੇ ਹੋ ਉਹਦੇ ਕੀ ਡਰਾਈਵ ਥਰੂ ਹੁੰਦੇ ਹੀ ਹੁੰਦੇ। ਈਵਨ ਕਿ ਤੁਸੀਂ ਹੈਰਾਨ ਹੋਵੋਗੇ ਕਿ ਸਕੋਸ਼ੀਆ ਬੈਂਕ ਦਾ, ਲਾਈਕ ਬੈਂਕ ਦੇ ਵੀ ਡਰਾਈਵ ਥਰੂ ਹੈਗਾ। ਤੁਸੀਂ ਡਰਾਈਵ ਥਰੂ ਤੋਂ ਜਾਓ, ਏ ਟੀ ਐੱਮ 'ਚ ਕਾਰਡ ਪਾਓ, ਪੈਸੇ ਕਢਾ ਕੇ ਅਤੇ ਨਿਕਲ ਜਾਓ। ਲਾਈਕ ਗੱਡੀ 'ਚ ਬੈਠੇ ਬੈਠੇ ਸਾਰਾ ਕੁਝ ਹੋ ਜਾਣਾ, ਤੁਹਾਨੂੰ ਉਤਰਨ ਦੀ ਲੋੜ ਹੀ ਨਹੀਂ। ਫੂਡ ਦਾ ਕੀ ਇੱਥੇ ਸੀਨ ਆ ਕਿ ਲੋਕ ਬਹੁਤ ਜ਼ਿਆਦਾ ਕੌਫੀ ਪੀਂਦੇ ਆ। ਲਾਈਕ ਤੁਸੀਂ ਸੋਚ ਨਹੀਂ ਸਕਦੇ ਜਿੰਨੇ ਆਪਣੇ ਇੰਡੀਆ 'ਚ ਚਾਹ ਪੀਂਦੇ ਆ, ਇੱਥੇ ਕਿ ਉਲਟਾ ਆ, ਇੱਥੇ ਕੌਫੀ ਪੀਂਦੇ ਆ ਬਹੁਤ ਜ਼ਿਆਦਾ। ਈਵਨ ਕਿ ਕਈ ਲੋਕ ਹੈਗੇ ਆ ਉਹਨਾਂ ਦੀ ਮੋਰਨਿੰਗ ਹੀ ਕੌਫੀ ਦੇ ਨਾਲ ਹੁੰਦੀ ਆ, ਜੇ ਕੌਫੀ ਨਹੀਂ ਤਾਂ ਮੋਰਨਿੰਗ ਹੀ ਨਹੀਂ ਹੈਗੀ। ਟਿਮ ਹੋਟਨ ਸਭ ਤੋਂ ਜ਼ਿਆਦਾ ਚੱਲਣ ਵਾਲੀ ਇੱਥੋਂ ਦੀ ਕੌਫੀ ਚੇਨ ਆ। ਉੱਥੇ ਲੋਕ ਕਾਫੀ ਟਾਈਮ ਹੀ ਆਪਣੇ ਖੜ੍ਹੇ ਰਹਿੰਦੇ ਆ, ਕੌਫੀ 'ਤੇ ਕੌਫੀ ਪੀਂਦੇ ਰਹਿੰਦੇ ਆ। ਉੱਥੋਂ ਦੀ ਹੈਰਾਨ ਕਰਨ ਵਾਲੀ ਚੀਜ਼ ਕੀ ਆ, ਡਬਲ ਡਬਲ ਅਤੇ ਟ੍ਰਿਪਲ ਟ੍ਰਿਪਲ। ਹਾਂਜੀ, ਜਦੋਂ ਤੁਸੀਂ ਉੱਥੇ ਜਾਓਗੇ ਤਾਂ ਤੁਸੀਂ ਉੱਥੇ ਕੌਫੀ ਜਦੋਂ ਆਰਡਰ ਕਰਨੀ ਹੈ, ਮਤਲਬ ਤੁਸੀਂ ਕਹਿਤਾ ਵੀ ਮੈਨੂੰ ਇੱਕ ਮੀਡੀਅਮ ਕੌਫੀ ਦੇ ਦਿਓ, ਪੁੱਛੇਗੀ ਕਿ ਡਬਲ ਡਬਲ ਟ੍ਰਿਪਲ ਟ੍ਰਿਪਲ, ਲਾਈਕ ਕਿੱਦਾਂ ਤੁਸੀਂ ਕੌਫੀ ਕੈਰੀ ਕਰੋਗੇ। ਤੁਸੀਂ ਕਹੋਗੇ ਯਾਰ ਸੋਚਣ ਵਾਲੀ ਗੱਲ ਆ ਵੀ ਡਬਲ ਡਬਲ ਟ੍ਰਿਪਲ ਟ੍ਰਿਪਲ ਕੀ, ਉਹਦਾ ਮਤਲਬ ਇਹ ਹੁੰਦਾ 2 ਕਰੀਮ ਅਤੇ 2 ਸ਼ੂਗਰ, ਲਾਈਕ ਛੋਟੇ ਛੋਟੇ ਪਾਊਚ ਹੁੰਦੇ ਆ, ਕਹਿ ਲਓ ਡੱਬੀਆਂ ਜਿਹੀਆਂ ਹੁੰਦੀਆਂ, ਉਹ ਤੁਸੀਂ ਕ੍ਰੀਮ ਦੀਆਂ ਪੁੱਟ ਕਰਨੀਆਂ, ਉਹ ਤੁਹਾਨੂੰ ਪਾ ਕੇ ਦੇਣਗੇ। ਮੈਂ ਜਦੋਂ ਪਹਿਲੀ ਵਾਰੀ ਗਿਆ ਸੀ ਤਾਂ ਮੈਨੂੰ ਇਹ ਚੀਜ਼ ਬਾਰੇ ਕੁਝ ਨਹੀਂ ਸੀ ਪਤਾ, ਨਾ ਹੀ ਕਿਸੇ ਨੇ ਦੱਸਿਆ ਸੀ।
ਅਤੇ ਮੈਂ ਤਾਂ ਉੱਥੇ ਜਾ ਕੇ ਬਹੁਤ ਜ਼ਿਆਦਾ ਕਨਫਿਊਜ਼ ਹੋ ਗਿਆ ਸੀ। ਫਿਰ ਮੈਂ ਉਹਨੂੰ ਕਿਹਾ ਵੀ ਜਿਵੇਂ ਤੂੰ ਬਣਾ ਕੇ ਦੇਣੀ ਦੇ, ਮੈਨੂੰ ਕੁਝ ਨਹੀਂ ਸਮਝ ਲੱਗ ਰਹੀ। ਅਤੇ ਜਦੋਂ ਫਿਰ ਬਾਅਦ ਵਿੱਚ ਉਹਨੇ ਮੈਨੂੰ ਦੱਸਿਆ ਕਿ ਇੰਨੇ ਕੱਪ ਜਿਹੜਾ ਤੇਰਾ ਦੁੱਧ ਪਊਗਾ, ਇੰਨੇ ਜਿਹੜੇ ਬੈਗ ਹੋਣਗੇ ਉਹ ਤੇਰੀ ਚੀਨੀ ਪਊਗੀ, ਲਾਈਕ ਖੰਡ ਪਊਗੀ। ਫਿਰ ਉਸ ਤੋਂ ਬਾਅਦ ਮੈਨੂੰ ਸਮਝ ਲੱਗੀ, ਫਿਰ ਮੈਂ ਟ੍ਰਿਪਲ ਟ੍ਰਿਪਲ ਲੈ ਲਈ ਸੀ। ਮੋਸਟ ਆਫ ਦੀ ਜਿਹੜੇ ਆਪਣੇ ਇੰਡੀਅਨ ਹੁੰਦੇ ਆ ਉਹਨਾਂ ਨੂੰ ਟ੍ਰਿਪਲ ਟ੍ਰਿਪਲ ਹੀ ਪਸੰਦ ਆਉਂਦੀ ਆ, ਲਾਈਕ ਉਹਦੇ 'ਚ ਮਿੱਠਾ ਥੋੜ੍ਹਾ ਜਿਹਾ ਤੇਜ਼ ਹੁੰਦਾ ਆ ਅਤੇ ਵਧੀਆ ਲੱਗਦੀ ਆ। ਤੁਸੀਂ ਕਿਸੇ ਵੀ ਰੈਸਟੋਰੈਂਟ 'ਚ ਜਾਂਦੇ ਹੋ ਤਾਂ ਉੱਥੇ ਮੋਸਟ ਆਫ ਦੀ ਟਾਈਮ ਲੋਕ ਟਿਪ ਦਿੰਦੇ ਆ। ਟਿਪ ਜਸਟ ਐਪਰੀਸੀਏਸ਼ਨ ਲਈ ਹੁੰਦੀ ਆ, ਜਿਹੜਾ ਸਰਵਰ ਤੁਹਾਨੂੰ ਸਰਵ ਕਰ ਰਿਹਾ ਕਿੰਨਾ ਵਧੀਆ ਸਰਵ ਕੀਤਾ ਰੈਸਟੋਰੈਂਟ ਨੇ, ਕਿੰਨਾ ਵਧੀਆ ਖਾਣਾ ਸੀ, ਉਹ ਸਾਰਾ ਟਿਪ ਦੇ ਥਰੂ ਤੁਸੀਂ ਦੱਸ ਸਕਦੇ ਹੋ, ਉਹਨਾਂ ਨੂੰ ਐਪਰੀਸ਼ੀਏਟ ਕਰ ਸਕਦੇ ਹੋ, ਰੇਟਿੰਗ ਦੇ ਸਕਦੇ ਹੋ। ਇਹ ਬਹੁਤ ਵਧੀਆ ਚੀਜ਼ ਸੀ ਇੱਥੋਂ ਦੀ। ਪੰਜਵੇਂ ਨੰਬਰ 'ਤੇ ਗੱਲ ਕਰਾਂਗੇ ਆਪਾਂ ਬੈਂਕਿੰਗ ਸਿਸਟਮ ਬਾਰੇ। ਹਾਂਜੀ, ਜਿਹੜਾ ਸਕੋਸ਼ੀਆ ਬੈਂਕ ਹੈ ਇੱਥੋਂ ਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਬੈਂਕ ਹੈ, ਲਾਈਕ ਜਿੱਥੇ ਆਪਣੇ ਮੋਸਟ ਆਫ ਦੀ ਸਟੂਡੈਂਟਸ ਦਾ ਅਕਾਊਂਟ ਕਿੱਥੇ ਸਕੋਸ਼ੀਆ ਬੈਂਕ ਦੇ ਵਿੱਚ ਹੀ ਹੁੰਦਾ ਆ। ਸਕੋਸ਼ੀਆ ਬੈਂਕ ਦੀ ਹੈਰਾਨ ਕਰਨ ਵਾਲੀ ਚੀਜ਼ ਹੈਗੀ ਆ ਇਹਨਾਂ ਦੇ ਪੁਆਇੰਟ ਸਿਸਟਮ। ਪੁਆਇੰਟ ਸਿਸਟਮ ਕਿੱਦਾਂ, ਜਦੋਂ ਵੀ ਤੁਸੀਂ ਆਪਣਾ ਕ੍ਰੈਡਿਟ ਡੈਬਿਟ ਯੂਜ਼ ਕਰੋਗੇ ਤਾਂ ਤੁਹਾਨੂੰ ਇੱਕ ਸੀਨ ਪੁਆਇੰਟ ਕਾਰਡ ਮਿਲਦਾ ਆ, ਉਸ ਦੀ ਤੁਸੀਂ ਫਿਲਮ ਦੇਖ ਸਕਦੇ ਹੋ। ਫਿਲਮ, ਹਾਂਜੀ, ਮੈਂ ਤਾਂ ਇੱਥੇ ਜਦੋਂ ਦਾ ਆਇਆ ਮੇਰੇ ਹਿਸਾਬ ਨਾਲ ਪੈਸੇ ਦੇ ਕੇ ਫਿਲਮ ਦੇਖੀ ਨਹੀਂ, ਕਿਉਂਕਿ ਕ੍ਰੈਡਿਟ ਯੂਜ਼ ਕਰੋ ਤੁਹਾਨੂੰ ਉਹਦੇ ਪੁਆਇੰਟ ਮਿਲਦੇ ਆ। ਹਰ ਇੱਕ ਕਹਿ ਲਓ ਕਿ ਹਰ ਇੱਕ ਡੋਲਰ ਪਿੱਛੇ ਕੁਝ ਪੁਆਇੰਟ ਹੁੰਦੇ ਆ, ਲਾਈਕ ਡੈਬਿਟ ਦੇ ਅਲੱਗ, ਕ੍ਰੈਡਿਟ ਦੇ ਅਲੱਗ। ਜਦੋਂ ਤੁਹਾਡੇ ਉਹ 1000 ਹੋ ਜਾਣ ਤਾਂ ਤੁਸੀਂ ਇੱਕ ਮੂਵੀ ਦੇਖ ਸਕਦੇ ਹੋ, ਜਦੋਂ ਤੁਹਾਡੇ 1500 ਹੋ ਜਾਣ ਤਾਂ ਤੁਸੀਂ 3D ਮੂਵੀ ਦੇਖ ਸਕਦੇ ਹੋ। ਲਾਈਕ ਮੂਵੀ ਟੂ ਮੂਵੀ ਵੇਰੀ ਕਰਦਾ ਆ ਤੁਸੀਂ ਕਿਹੜੀ ਮੂਵੀ ਦੇਖਣੀ ਆ। ਅਤੇ ਉੱਥੋਂ ਤੁਸੀਂ ਈਵਨ ਕਿ ਖਾਣਾ ਵੀ ਪਰਚੇਸ ਕਰ ਸਕਦੇ ਹੋ, ਨੋਟ ਇਨ ਥੀਏਟਰ, ਲਾਈਕ ਬਾਹਰ ਵੀ ਕਿਤੇ ਜੇ ਤੁਸੀਂ ਜਾਂਦੇ ਹੋ। ਕਈ ਰੈਸਟੋਰੈਂਟਸ ਹੈਗੇ ਉਹ ਸਕੋਸ਼ੀਆ ਬੈਂਕ ਤੋਂ ਸੀਨ ਕਾਰਡ ਲੈ ਲੈਂਦੇ ਆ। ਜਿੱਦਾਂ ਤੁਹਾਡੇ 1000 ਪੁਆਇੰਟ ਹੋਏ, ਮਤਲਬ ਤੁਹਾਡੇ $10 ਹੋ ਗਏ, ਤੁਸੀਂ $10 ਦਾ ਖਾਣਾ ਲਓ, ਆਪਣਾ ਉਹ ਕਾਰਡ ਲਓ, ਕੋਈ ਵੀ ਪੈਸਾ ਨਹੀਂ ਲੱਗੂਗਾ, ਹੈ ਨਾ, ਘੈਂਟ ਚੀਜ਼। ਹੁਣ ਵਨ ਆਫ ਦੀ ਬੈਸਟ ਥਿੰਗ ਜਿਹੜੀ ਕੈਨੇਡਾ ਦੀ ਮੈਨੂੰ ਲੱਗੀ ਉਹ ਹੈਗਾ ਇੱਥੋਂ ਦਾ ਵੇਜ ਸਿਸਟਮ। ਹਾਂਜੀ, ਕਿੱਦਾਂ ਆਪਾਂ ਨੂੰ ਪੈਸੇ ਆਉਣੇ ਆ, ਲਾਈਕ ਬਾਈ ਵੀਕਲੀ ਜ਼ਿਆਦਾ ਪੈਸੇ ਆਉਂਦੇ ਆ, ਕਈ ਕਈ ਜਗ੍ਹਾ 'ਤੇ ਮੰਥਲੀ ਆਉਂਦੇ ਆ, ਪਰ ਜਿਹੜੀ ਇਨਕਮ ਹੁੰਦੀ ਆ ਤੁਹਾਡੀ ਉਹ ਤੁਹਾਨੂੰ ਆਵਰਲੀ ਦਿੱਤੀ ਜਾਂਦੀ ਆ। ਵੇਜ ਜਿਹੜਾ ਹੁੰਦਾ ਤੁਹਾਡਾ ਆਵਰਲੀ ਦਿੱਤਾ ਜਾਂਦਾ। ਹੁਣ ਆਪਣੇ ਇੰਡੀਆ 'ਚ ਕੀ ਹੁੰਦਾ ਜਾਂ ਜਿਹੜੀਆਂ ਆਪਣੀ ਉੱਧਰ ਦੀਆਂ ਕੰਟਰੀਆਂ ਹੈਗੀਆਂ ਉੱਥੇ ਕੀ ਹੁੰਦਾ ਆ, ਉੱਥੇ ਜਿਹੜੇ ਤੁਹਾਨੂੰ ਪੈਸੇ ਮਿਲਣੇ ਆ ਮਹੀਨੇ ਦੇ ਇਕੱਠੇ ਹੀ ਮਿਲਣੇ ਆ, ਤੁਹਾਨੂੰ ਜਿੰਨਾ ਮਰਜ਼ੀ ਕੰਮ ਕਰਵਾ ਸਕਦੇ। ਇੱਥੇ ਇੱਦਾਂ ਨਹੀਂ ਹੈਗਾ, ਇੱਥੇ ਜਦੋਂ 40 ਘੰਟੇ ਤੋਂ ਜ਼ਿਆਦਾ ਕੰਮ ਤੁਹਾਡਾ ਇੱਕ ਹਫ਼ਤੇ ਦਾ ਹੋ ਜਾਵੇ ਤਾਂ ਤੁਹਾਨੂੰ ਬਾਏ ਲਾਅ ਉਹਨਾਂ ਨੂੰ 1.5 ਗੁਣਾ ਪੇ ਕਰਨੇ ਪੈਂਦੇ ਹਨ। ਲਾਈਕ ਜਿੱਦਾਂ ਮਿਨੀਮਮ ਵੇਜ ਹੈਗਾ $14, $14 ਤੋਂ ਘੱਟ ਤੁਹਾਨੂੰ ਕੋਈ ਵੀ ਕੰਮ ਨਹੀਂ ਦੇ ਸਕਦਾ ਘੰਟੇ ਦੇ $14। ਜਿੱਦਾਂ ਓਨਟਾਰੀਓ ਦਾ, ਉਹ ਹਰ ਇੱਕ ਪ੍ਰੋਵਿੰਸ ਦਾ ਅਲੱਗ ਅਲੱਗ ਹੁੰਦਾ, ਓਨਟਾਰੀਓ ਦੇ ਵਿੱਚ ਤੁਹਾਨੂੰ $14 ਤੋਂ ਘੱਟ ਕੋਈ ਵੀ ਕੰਮ ਘੰਟੇ ਦਾ ਨਹੀਂ ਦੇ ਸਕਦਾ। ਹੁਣ ਜਿੱਦਾਂ ਮੇਰੇ ਮੰਨ ਲਓ ਮੈਂ ਕੰਮ ਕਰਦਾ, ਮੇਰੇ 40 ਘੰਟੇ ਤੋਂ ਜ਼ਿਆਦਾ ਹੋ ਗਏ, ਉੱਪਰ ਵਾਲੇ ਘੰਟਿਆਂ ਦਾ ਉਹਨਾਂ ਨੂੰ ਮੈਨੂੰ 1.5 ਗੁਣਾ ਦੇਣਾ ਪੈਣਾ, 14 ਦੇ 21 ਦੇਣੇ ਪੈਣੇ ਆ। ਠੀਕ ਹੈ, ਲਾਈਕ ਅਲੱਗ ਅਲੱਗ ਜਿੰਨੀ ਤੁਹਾਡੀ ਇਨਕਮ ਹੈਗੀ ਆ ਉਦੋਂ 1.5 ਗੁਣਾ ਜ਼ਿਆਦਾ ਦੇਣੇ ਪੈਂਦੇ ਆ। ਅਤੇ ਜਿਸ ਦਿਨ ਛੁੱਟੀ ਵਗੈਰਾ ਆ ਗਈ ਉਸ ਦਿਨ ਤੁਹਾਨੂੰ 2.5 ਗੁਣਾ ਦੇਣੇ ਪੈਂਦੇ ਆ। ਮੈਂ ਜਦੋਂ ਪਹਿਲੀ ਵਾਰੀ ਸੁਣਿਆ ਸੀ ਮੈਂ ਤਾਂ ਸ਼ੌਕ ਹੋ ਗਿਆ, ਮੈਂ ਕਿਹਾ ਯਾਰ ਜਿਸ ਦਿਨ ਛੁੱਟੀ ਆ ਮੈਨੂੰ ਉਸ ਦਿਨ ਬੁਲਾਓ, ਮੈਂ ਛੁੱਟੀ ਵਾਲੇ ਦਿਨ ਹੀ ਕੰਮ ਕਰੂੰਗਾ, 2.5 ਗੁਣਾ ਪੈਸੇ ਮਿਲਣਗੇ। ਹੋਰ ਵੀ ਕਾਫੀ ਚੀਜ਼ਾਂ ਹੈਗੀਆਂ ਹੈਰਾਨ ਕਰਨ ਵਾਲੀਆਂ, ਜਿੱਦਾਂ ਕਿ ਇੱਥੇ ਬੇਸਮੈਂਟ ਸਿਸਟਮ ਆ, ਮੈਂ ਇੰਡੀਆ ਦੇ ਵਿੱਚ ਨਹੀਂ ਸੀ ਦੇਖਿਆ। ਇੱਥੇ ਜਿਹੜੇ ਸਟਰੀਟਸ ਦੇ ਨੇਮ ਹੈਗੇ ਆ ਉਹ ਹੈਗੇ ਆ ਕੰਟਰੀਜ਼ ਦੇ ਨੇਮ 'ਤੇ ਹੈਗੇ ਆ। ਹੈਲਥ ਕੇਅਰ ਸਿਸਟਮ ਫ੍ਰੀ ਆ ਯਾਰ ਸਾਰਾ, ਲਾਈਕ ਤੁਹਾਡੇ ਹੈਲਥ ਕੇਅਰ ਸਿਸਟਮ ਪੂਰਾ ਫ੍ਰੀ, ਐਜੂਕੇਸ਼ਨ ਪੂਰੀ ਫ੍ਰੀ ਆ ਬੱਚਿਆਂ ਦੀ। ਜਿਹੜੀਆਂ ਕੰਧਾਂ ਨੇ ਉਹ ਬ੍ਰਿਕ ਦੀਆਂ ਨਹੀਂ ਹੁੰਦੀਆਂ, ਲਾਈਕ ਉੱਥੇ ਇੱਟ ਨਹੀਂ ਲੱਗੀ ਹੁੰਦੀ ਕੰਧਾਂ ਦੀ, ਕੰਧਾਂ 'ਤੇ, ਅਤੇ ਵੁੱਡ ਦੇ ਹਾਊਸ ਹੁੰਦੇ, ਚਲੋ ਇਹ ਤਾਂ ਆਪਾਂ ਨੂੰ ਪਤਾ ਹੀ ਸੀ। ਹੋਰ ਇੱਥੋਂ ਦੇ ਲੋਕ ਕੰਟਰੀ ਨੂੰ ਅਤੇ ਗੇਮ ਨੂੰ ਬੜਾ ਪਿਆਰ ਕਰਦੇ ਆ। ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਕੈਨੇਡਾ ਦੇ ਝੰਡੇ ਲਾਏ ਹੁੰਦੇ ਆ, ਗੱਡੀਆਂ ਦੇ ਕੈਨੇਡਾ ਦੇ ਝੰਡੇ ਲਾਏ ਹੁੰਦੇ ਆ, ਟੀ ਸ਼ਰਟਾਂ ਕੈਨੇਡਾ ਦੇ ਝੰਡਿਆਂ ਦੀਆਂ ਪਾਈਆਂ ਹੁੰਦੀਆਂ, ਟੋਪੀਆਂ 'ਤੇ ਕੈਨੇਡਾ ਦਾ ਝੰਡਾ ਬਣਿਆ ਹੁੰਦਾ, ਈਵਨ ਕਿ ਜਿਹੜੇ ਡੋਨਟ ਖਾਂਦੇ ਆ ਜਾਂ ਟਿਮ ਹੋਟਨ ਦੀ ਕੌਫੀ ਦੇ ਕੱਪ ਹੁੰਦੇ ਆ ਉਹਨਾਂ 'ਤੇ ਵੀ ਕੈਨੇਡਾ ਦਾ ਝੰਡਾ ਬਣਿਆ ਹੁੰਦਾ। ਕਰਦੇ ਆ ਨਾ ਪਿਆਰ ਆਪਣੇ ਦੇਸ਼ ਨੂੰ, ਇੱਦਾਂ ਹੀ ਮੈਂ ਕਹਿੰਦਾ ਸਾਰੇ ਹੀ ਆਪਣੇ ਦੇਸ਼ ਨੂੰ ਆਪਣਾ ਆਪਣਾ ਪਿਆਰ ਦਿੰਦੇ ਰਹਿਣ। ਇੱਥੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਉਸ ਦੇਸ਼ ਨੂੰ ਰਿਸਪੈਕਟ ਦਿਓ, ਲੋਕਾਂ ਨੂੰ ਰਿਸਪੈਕਟ ਦਿਓ, ਅਤੇ ਖੁਸ਼ ਰਹੋ, ਆਬਾਦ ਰਹੋ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।